ਬੱਚਿਓ ਅੱਜ ਦੇ ਇਸ ਐਮ ਏ ਫੋਰਥ ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਜਿਹੜਾ ਨਾਲੇਵਾਲ ਦਾ ਟੌਪਿਕ ਡਿਸਕਸ ਕਰ ਰਹੇ ਹਾਂ ਉਹਦੇ ਉੱਤੇ ਇੱਕ ਹੁਣ ਤੱਕ ਜਿਹੜੇ ਅਸੀਂ 6 ਜਾਂ 7 ਲੈਕਚਰ ਦੇ ਵਿੱਚ ਜਿਹੜਾ ਵੀ ਕੰਮ ਕੀਤਾ ਹੈ ਉਹਨੂੰ ਕੰਕਲੂਡ ਕਰਾਂਗੇ ਅਤੇ ਨਾਲ ਹੀ ਨਾਲ ਨਾਰੀਵਾਦ ਦੇ ਨਾਲ ਸੰਬੰਧਿਤ ਜਿਹੜੇ ਪ੍ਰੀਵੀਅਸ ਸਾਲ ਦੇ ਪੇਪਰ ਹੈਗੇ ਆ ਉਹਨਾਂ ਵਿੱਚ ਜਿਹੜੇ ਕੁਐਸਚਨ ਆਏ ਆ ਉਹਨਾਂ ਨੂੰ ਵੀ ਡਿਸਕਸ ਕਰਾਂ ਅਤੇ ਥੋੜ੍ਹੇ ਉਹ ਕੁਐਸਚਨ ਵੀ ਅਸੀਂ ਲਿਖਾਂਗੇ ਜਿਹੜੇ ਕੁਐਸਚਨ ਪੇਪਰਾਂ 'ਚ ਆਏ ਹੋਏ ਆ ਜਾਂ ਜਿਹੜੇ ਕੁਐਸਚਨ ਆਪਣੇ ਪੇਪਰਾਂ ਦੇ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ। ਸੋ ਇਹ ਅੱਜ ਦਾ ਜਿਹੜਾ ਲੈਕਚਰ ਹੈਗਾ ਹੈ ਇਹ ਬਹੁਤ ਇੰਪੋਰਟੈਂਟ ਲੈਕਚਰ ਹੈ। ਇਹ ਮੈਂ ਇੱਥੇ ਲਿਖਿਆ ਵੀ ਹੋਇਆ ਨਾਰੀਵਾਦ ਫੈਮਿਲਿਜ਼ਮ ਜਨਰਲ ਡਿਸਕਸ਼ਨ ਐਂਡ ਪੇਪਰ ਕੰਟੈਂਟ, ਠੀਕ ਹੈ। ਇਹ ਸਾਡਾ ਅੱਜ ਦਾ ਜਿਹੜਾ ਹੈਗਾ ਟੌਪਿਕ ਹੈਗਾ, ਠੀਕ ਹੈ। ਇਹ ਯੂਨਿਟ 2 ਸਾਡਾ ਜਿਹੜਾ ਹੈਗਾ ਉਹਦਾ ਸੈਕਿੰਡ ਜਿਹੜਾ ਹੈਗਾ ਟੌਪਿਕ। ਹੁਣ ਜਿੱਥੇ ਤੱਕ ਅਸੀਂ ਪਿਛਲੇ ਲੈਕਚਰ ਦੀ ਅਗਰ ਗੱਲ ਕਰੀਏ ਤਾਂ ਪਿਛਲੇ ਲੈਕਚਰ ਦੇ ਵਿੱਚ ਅਸੀਂ ਜਿਹੜੇ ਇਸਤਰੀਵਾਦ ਜਾਂ ਨਾਰੀਵਾਦ ਦੇ ਨਾਲ ਸੰਬੰਧਿਤ ਜਿੰਨੇ ਵੀ ਆਯਾਮ ਸੀਗੇ ਜਾਂ ਟੌਪਿਕ ਸੀਗੇ ਜਾਂ ਜਿਹੜੇ ਕੁਐਸਚਨ ਇਹਦੇ ਵਿੱਚ ਬਣਦੇ ਹੈ ਉਹਦੇ ਉੱਤੇ ਅਸੀਂ ਜਿਹੜੀ ਹੈ ਚਰਚਾ ਕਰ ਚੁੱਕੇ ਹਾਂ ਤਾਂ ਲਿਖਣ ਵਾਲਾ ਪਾਠ ਵੀ ਉਹਦਾ ਜਿਹੜਾ ਅਸੀਂ ਕਰ ਚੁੱਕੇ। ਬਾਕੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਕੁਐਸਚਨ ਜਿਹੜੀ ਤੁਹਾਡੀ ਐਮ ਏ ਸੈਕਿੰਡ ਸਮੈਸਟਰ ਦੀ ਕਿਤਾਬ ਹੈਗੀ ਹੈ ਸੀ ਪੀ ਓ ਦੀ ਉਹਦੇ ਵਿੱਚ ਇਹ ਟੌਪਿਕ ਸਾਰਾ ਡਿਟੇਲ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉੱਥੋਂ ਵੀ ਮੈਨੂੰ ਪੜ੍ਹ ਸਕਦੇ। ਇੱਕ ਗੱਲ ਹੋਰ ਤੁਹਾਨੂੰ ਸਪਸ਼ਟ ਕਰ ਦੇਵਾਂ ਜਿਹੜੇ ਲੈਕਚਰ ਅਸੀਂ ਘਰੋਂ ਲੈ ਰਹੇ ਹਾਂ ਔਨਲਾਈਨ ਲੈਕਚਰ ਜਿਹੜੇ ਲੈ ਰਹੇ ਹਾਂ ਉਹਦੀ ਰਿਪੋਰਟ ਰੋਜ਼ ਦੀ ਰੋਜ਼ ਜਿਹੜਾ ਪ੍ਰਿੰਸੀਪਲ ਨੂੰ ਜਾਂਦੀ। ਸੋ ਕਿਉਂਕਿ ਵਰਕ ਫਰੋਮ ਹੋਮ ਹੋਇਆ ਹੈ ਅਤੇ ਕਾਲਜ ਵਾਲਿਆਂ ਨੇ ਉਸ ਹਿਸਾਬ ਨਾਲ ਸਾਡੇ ਕੋਲ ਹਾਜ਼ਰੀ ਵੀ ਮੰਗੀ, ਉਸ ਹਿਸਾਬ ਨਾਲ ਸਾਡੇ ਕੋਲ ਜਿਹੜੇ ਹੈ ਆਪਣੇ ਅਟੈਂਡੈਂਸ ਮੰਗਣੀ ਹੈ। ਔਰ ਮੈਂ ਤੁਹਾਨੂੰ ਕਿੰਨੀ ਵਾਰੀ ਗਰੁੱਪਸ ਦੇ ਵਿੱਚ ਇਹ ਕਹਿ ਚੁੱਕਾ ਹੈ ਕਿ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਵਟਸਐਪ ਗਰੁੱਪ ਦੇ ਵਿੱਚ, ਠੀਕ ਹੈ ਜੀ, ਯੂਟਿਊਬ 'ਤੇ ਵੀਡੀਓ ਉਹਨੂੰ ਲਾਈਕ ਵੀ ਕਰਦਾ ਹੈ, ਠੀਕ ਹੈ। ਇੱਕ ਮੇਰੇ ਚੈਨਲ ਨੂੰ ਤੁਸੀਂ ਜਿਹੜਾ ਹੈਗਾ ਸਬਸਕ੍ਰਾਈਬ ਕਰ ਸਕਦੇ, ਠੀਕ ਹੈ। ਇਹ ਤੁਹਾਡੀ ਫੈਸਿਲਿਟੀ ਵਾਸਤੇ ਹੀ ਜਿਹੜਾ ਲੈਕਚਰ ਹੈਗੇ ਆ ਤੁਹਾਨੂੰ ਫਿਰ ਕਦੇ ਲੈਕਚਰ ਜਿਹੜੇ ਆ ਗਰੁੱਪ ਦੇ ਵਿੱਚ ਪਾਏ ਜਾਂਦੇ ਰਿਕਾਰਡਡ ਲੈਕਚਰ, ਅਤੇ ਕਈ ਵਾਰੀ ਅਸੀਂ ਜਿਹੜਾ ਹੈ ਜਿਹੜੀ ਡਿਸਕਸ਼ਨ ਹੈਗੀ ਆ ਲਾਈਵ ਵੀ ਕਰੀਏ, ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਉਹ ਲਾਈਵ ਵੀ ਡਿਸਕਸ ਜਿਹੜੀਆਂ ਉਹ ਕਰੀਏ। ਸੋ ਮੈਂ ਅੱਜ ਦਾ ਜਿਹੜਾ ਲੈਕਚਰ ਹੈ ਉਹ ਸ਼ੁਰੂ ਕਰਦਾ ਹੈ। ਇਹਦੇ ਵਿੱਚ ਕੁਛ ਟਰਮਸ ਹੈਗੀਆਂ ਜਿਹੜੀਆਂ ਕਿ ਅਸੀਂ ਡਿਸਕਸ ਕਰ ਚੁੱਕੇ ਹਾਂ, ਕੁਛ ਟਰਮਸ ਅਸੀਂ ਡਿਸਕਸ ਕਰ ਚੁੱਕੇ ਹਾਂ ਅਤੇ ਕੁਝ ਜਿਹੜੀਆਂ ਟਰਮਸ ਹੈਗੀਆਂ ਅਸੀਂ ਡਿਸਕਸ ਕਰਨੀਆਂ, ਠੀਕ ਹੈ ਜੀ। ਹੁਣ ਇਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਜਿਹੜੀ ਹੈ PDF ਜਿਹੜੀ ਹੈ ਉਹ ਸ਼ੇਅਰ ਕਰਨ ਲੱਗਾ। ਇਹ ਤੁਹਾਡਾ 2018 ਦਾ ਪੇਪਰ ਹੈਗਾ ਹੈ MPP ਦਾ, ਜਿਹੜਾ ਪੇਪਰ ਤੁਸੀਂ ਪੜ੍ਹ ਰਹੇ ਹੋ MPP ਦਾ ਪੇਪਰ ਹੈਗਾ ਹੈ। ਹੁਣ ਤੁਸੀਂ ਇਹ ਆਪਣੀ ਸਕਰੀਨ ਉੱਤੇ ਜਿਹੜਾ ਹੈਗਾ ਇਹਨੂੰ ਵੇਖ ਰਹੇ ਹੋ ਕਿਉਂਕਿ ਮੈਂ ਸ਼ੇਅਰ ਕਰ ਲਈ ਹੈਗੀ ਹੈ ਸਕਰੀਨ, ਅਤੇ ਇਹਦੇ ਉੱਤੇ ਤੁਸੀਂ ਜਿਹੜਾ ਹੈਗਾ ਇਹਨੂੰ ਤੁਸੀਂ ਦੇਖਦੇ ਪਏ ਹੋ। ਠੀਕ ਹੈ, ਹੁਣ ਇਹਦੇ ਵਿੱਚ ਜਿਹੜੇ ਕੁਐਸਚਨ ਆਏ ਹੋਏ ਆ ਉਹ ਵੀ ਆਪਾਂ ਲਿਖਣੇ ਹੈਗੇ, ਜਿਹੜੇ ਛੋਟੇ ਕੁਐਸਚਨ ਆਏ ਹੋਏ ਆ ਔਰ ਜਿਹੜੇ ਵੱਡੇ ਕੁਐਸਚਨ ਹੈਗੇ ਆ ਉਹ ਅਸੀਂ ਜਿਹੜਾ ਹੈਗਾ ਡਿਸਕਸ ਜਿਹੜਾ ਹੈ ਉਹ ਕਰਾਂਗੇ। ਹੁਣ ਇਹਦੇ ਵਿੱਚ ਤੁਸੀਂ ਆਪਣੀ ਜਿਹੜੀ
स्क्रीन हैगी है उहदे उत्ते देख सकते हो कि क्वेश्चन जिहड़े हैगे है तुहानू किस तरह ने पूछे गए है। जिद्दां मेजर पोलिटिकल थीम दा जिहड़ा पेपर है 2018 दा जिहड़ा पेपर हैगा, वट डिड लायोटार्ड मीन बाय इन क्रूडिटी टूवर्ड्स मैटा नैरेटिव। हुण देखो ये क्वेश्चन बहुत ज़्यादा औखा हैगा है, ठीक है। फिर सस्टेनेबल डिवेलपमेंट की होंगी है, विच इज एंडल एंजल्स एनालिसिस ऑफ वुमेन ऑपरेशन एंड हाउ डू सोशल फैमिलीज क्रिटिक दिस, ठीक है। एंजल्स ने जोड़ा है नारीवाद उत्ते की विदा मतलब अपने जोड़े है विचार दिते ने, वो नारीवाद में की समझता। हूँ जिते तक मार्क्स की गल है, अगर असं मार्क्स की गल करिए तो मार्क्स ने जोड़ा हैगा है नारीवाद उत्ते जोड़ा कॉन्सनट्रेट नहीं किया, उन्हें नारीवाद उत्ते उहदे जोड़े विचार है अपने नहीं है। सो 1884 के बीच एक होर जोड़ा है समाजवादी विचारक होया है जिहदा नाम सीगा एंजल्स, ठीक है जी। एंजल्स ने अपनी पुस्तक ओरिजिन ऑफ फैमिली कामा प्राइवेट प्रॉपर्टी एंड स्टेट जिहड़ी भी 1884 के बीच जिहड़ी है पब्लिश हुई थी, इहदे विच ਇਹ ਕਿਹਾ ਸੀਗਾ, ਉਹਦੇ ਵਿੱਚ ਉਹਨੇ ਕੀ ਕਿਹਾ ਉਹਨੂੰ ਮੈਂ ਕੋਟ ਕਰਨ ਲੱਗਾ। ਵੈਨਐਵਰ ਦ ਵੁਮੈਨ ਸਿਚੁਏਸ਼ਨ ਇਜ਼ ਡਿਸਕਸਡ ਬਾਈ ਮਾਰਕਸ ਇਟ ਰੈਫਰਸ ਟੂ ਵੁਮੈਨ ਸਬਾਰਡੀਨੇਸ਼ਨ ਅੰਡਰ ਕੈਪਿਟਲ। ਹੁਣ ਵੁਮੈਨ ਸਬਾਰਡੀਨੇਸ਼ਨ ਕੀ ਹੁੰਦੀ ਹੈ, ਹੁਣ ਇੱਥੇ ਮੈਂ ਲਿਖੂੰਗਾ ਤੁਹਾਨੂੰ कैपिटलिज्म जिहड़ा कैपिटलिज्म है जिहड़ा पूंजीवाद है उहदे अधीन पूंजीवाद दे अधीन जिहड़ी वुमेन है वो उहदे अधीन है, पूंजीवाद दी अधीन है, ठीक है जी। दूसरी गल उह की कह रहे हैं, सिंच कैपिटलिस्ट सोसाइटी इज कंपोज ऑफ डिफरेंट क्लासेस देयरफॉर all women are not political. ਉਹ ਹੁਣ ਕਹਿੰਦਾ ਜੀ ਕੈਪੀਟਲਿਜ਼ਮ ਦੇ ਵਿੱਚ ਕਈ ਕਲਾਸਿਸ ਹੈ, ਠੀਕ ਹੈ ਜੀ, ਕਈ ਕਲਾਸਿਸ ਹੈ ਕੈਪੀਟਲਿਜ਼ਮ, ਠੀਕ ਹੈ। ਔਰ ਉਹ ਇਹ ਵੀ ਕਹਿ ਰਿਹਾ ਹੈ ਕਿ ਆਲ ਵੁਮੈਨ ਆਰ ਨਾਟ ਪੋਲੀਟੀਕਲ ਨਾਟ ਪੋਲੀਟੀਕਲ, ਠੀਕ ਹੈ। ਜਿਹੜੀਆਂ ਸਾਰੀਆਂ ਔਰਤਾਂ ਹੈ ਇੱਕ ਸਮਾਨ ਨਹੀਂ ਹੈ, ਵਰਕਿੰਗ ਕਲਾਸ ਵੁਮੈਨ ਆਰ ਡਿਫਰੈਂਟ ਫਰੋਮ ਬੂਰਜਵਾਜ਼ ਵੁਮੈਨ। ਹੁਣ ਦੇਖੋ ਜੀ ਜਦੋਂ ਆਪਾਂ ਕੈਪੀਟਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਮਾਰਕਸ ਕਹਿੰਦਾ ਕਿ ਦੋ ਕਲਾਸਿਸ, ਮਾਰਕਸ ਨੇ ਜਿਹੜਾ ਹੈਗਾ ਦੋ ਕਲਾਸਿਸ ਦਾ ਜਿਹੜਾ ਹੈ ਵਰਣਨ ਜਿਹੜਾ ਹੈਗਾ ਕੀਤਾ, ਠੀਕ ਹੈ। ਇਸ ਦੇ ਵਿੱਚ ਇੱਕ ਕਲਾਸ ਨੂੰ ਕੈਪੀਟਲਿਸਟ ਕਲਾਸ ਕਹਿ ਰਹੇ, ਦੂਜੇ ਨੂੰ ਵਰਕਿੰਗ ਕਲਾਸ ਜਾਂ ਪ੍ਰੋਲੀਟੇਰੀਅਨ ਕਲਾਸ ਕਹਿ ਰਹੇ। ਔਰ ਇਸੇ ਤਰ੍ਹਾਂ ਵੁਮੈਨ ਦੇ ਵਿੱਚ ਵੀ ਦੋ ਕਲਾਸਿਸ ਦੀ ਗੱਲ ਕਰ ਰਿਹਾ, ਇੱਕ ਨੂੰ ਬੂਰਜਵਾ ਕਲਾਸ ਕਹਿ ਰਿਹਾ, ਇੱਕ ਨੂੰ ਬੂਰਜਵਾ ਵੁਮੈਨ ਕਹਿ ਰਿਹਾ। ਜਿਹੜੀ ਦੂਸਰੀ ਕਲਾਸ ਹੈਗੀ ਹੈ ਉਸਨੂੰ ਜਿਹੜਾ ਹੈਗਾ ਹੈ ਉਸਨੂੰ ਜਿਹੜਾ ਹੈਗਾ ਹੈ ਵਰਕਿੰਗ ਵੁਮੈਨ ਕਹਿ ਰਿਹਾ। ਹੁਣ ਜਿਹੜੀ ਬੂਰਜਵਾ ਕਲਾਸ ਹੈ, ਜਿਹੜੀ ਬੂਰਜਵਾ ਵੁਮੈਨ ਹੈ ਉਹ ਵਰਕਿੰਗ ਵੁਮੈਨ ਦਾ ਐਕਸਪਲੋਇਟੇਸ਼ਨ ਕਰ ਰਹੀ,
ਇਸੇ ਤਰ੍ਹਾਂ ਜਿਹੜੀ ਔਰਤ ਹੈ ਕੈਪੀਟਲਿਜ਼ਮ ਦੇ ਵਿੱਚ ਜਿਹੜਾ ਹੈਗਾ ਸਬੋਰਡੀਨੇਟ ਹੈ, ਮੈਨ ਵੀ ਸਬੋਰਡੀਨੇਟ ਵੀ ਹੈ, ਮੈਨ ਦੁਆਰਾ ਵੀ ਸ਼ੋਸ਼ਣ ਹੋ ਰਿਹਾ ਹੁੰਦਾ, ਮੈਨ ਐਕਸਪਲੋਇਟੇਸ਼ਨ ਵੀ ਹੋ ਰਹੀ ਹੈ। ਔਰ ਦੂਸਰੀ ਗੱਲ ਇਹ ਵੀ ਹੈ ਕਿ ਵਿਮੈਨ ਜਿਹੜੀ ਹੈ ਉਹ ਵਿਮੈਨ ਦੀ ਐਕਸਪਲੋਇਟੇਸ਼ਨ ਕਰ ਰਹੀ, ਵਿਮੈਨ ਐਂਡ ਵਿਮੈਨ ਆਰ ਐਕਸਪਲੋਇਟਡ। ਠੀਕ ਹੈ, ਹੁਣ ਠੀਕ ਹੈ ਜੀ, ਹੁਣ ਇੱਥੇ ਜੇ ਮੈਂ ਐਂਜਲ ਨੂੰ ਕੋਡ ਕਰਾਂ ਤਾਂ ਐਂਜਲ ਇਸ ਗੱਲ ਦੀ ਗੱਲ ਕਰਦਾ ਹੈ, ਉਹ ਕੀ ਕਹਿੰਦਾ ਹੈ, Marxist theory provides for Marxist feminism, feminists, which are useful, systematically organized tools to carry out the important critique of capitalism. It stops the short of providing comprehensive framework from, मतलब patriarchal system, patriarchal system भी जड़ा पितावर का अनुसमान व्यवस्था है, वो भी जड़ा है women की जड़ी exploitation कर रहे हैं। ਸੋ ਐਂਜਲ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਬੋਰਡੀਨੇਸ਼ਨ ਹੈ ਉਹ ਵਿਮੈਨ ਦੀ ਵਿਮੈਨ ਦੇ ਉੱਤੇ ਵੀ ਹੈ ਅਤੇ ਉਹ ਜਿਹੜੀ ਹੈ ਮੈਨ ਦੇ ਅੰਦਰ ਵੀ ਸਬੋਰਡੀਨੇਟ ਹੈ, ਕਿਉਂਕਿ ਜਿਹੜੇ ਮੈਨ ਹੈ ਉਹ ਉਹਦੀ ਜਿਹੜਾ ਹੈ ਸਰੀਰਕ ਰੂਪ ਨਾਲ ਉਹਦਾ ਸ਼ੋਸ਼ਣ ਹੁੰਦਾ ਹੈਗਾ। ਠੀਕ ਹੈ ਜੀ, ਇਹ ਆਪਾਂ ਕੁਸਚਨ ਜਿਹੜਾ ਹੈਗਾ ਡਿਸਕਸ ਜਿਹੜਾ ਕੀਤਾ ਹੈਗਾ, ਇਹ ਤੁਹਾਨੂੰ 2 ਨੰਬਰ ਦਾ ਕੁਸਚਨ ਆਇਆ ਹੋਇਆ ਹੈ, ਪੇਪਰ ਦੇ ਵਿੱਚ ਆਇਆ ਹੋਇਆ ਤੁਹਾਨੂੰ ਕੁਸਚਨ। ਠੀਕ ਹੈ ਜੀ, ਮੈਂ ਦੁਬਾਰਾ ਜਿਹੜਾ ਡਾਕੂਮੈਂਟ ਜਿਹੜਾ ਹੈਗਾ ਸ਼ੇਅਰ ਕਰਨ ਲੱਗਾ। ਠੀਕ ਹੈ ਜੀ, ਉਸ ਤੋਂ ਬਾਅਦ ਐਮ ਏ 4th semester ਦੇ ਵਿੱਚ ਇੱਕ ਪੇਪਰ ਪੜ੍ਹਾਇਆ ਜਾਂਦਾ ਹੈ, ਆਪਸ਼ਨ ਜਿਹੜੀ ਹੈ ਏ ਹੈ। ਠੀਕ ਹੈ ਜੀ, ਹੁਣ ਇਹ ਪੇਪਰ ਪੂਰਾ ਜਿਹੜਾ ਹੈ ਨਾਰੀਵਾਦ ਉੱਤੇ, ਨਾਰੀਵਾਦ ਜਾਂ ਇਸਤਰੀਵਾਦੀ ਦੇ ਨਾਲ, ਸੋਰੀ ਇਸਤਰੀਵਾਦ ਦੇ ਨਾਲ ਰਿਲੇਟਡ। ਸੋ ਇਹਦੇ ਵਿੱਚ ਵੀ ਕੁਝ ਜਿਹੜੇ ਛੋਟੇ ਕੁਸਚਨ 2018 ਦੇ ਪੇਪਰ ਦੇ ਵਿੱਚ ਆਏ ਹੈ ਉਹ ਵੀ ਮਹੱਤਵਪੂਰਨ ਹੈ, ਇਹਦੇ 'ਚੋਂ ਵੀ ਤੁਹਾਨੂੰ ਦੋ ਇਹਦੇ ਵਿੱਚੋਂ ਵੀ ਕੁਸਚਨ ਪੁੱਛੇ ਜਾ ਸਕਦੇ ਹੈ। ਜਿੱਦਾਂ ਕਿ ਇੱਕ ਦਾ ਕੁਸਚਨ ਇਹਦੇ ਵਿੱਚ ਆਇਆ ਸਰਕਾਰ ਦੀ, ਫਿਰ ਵੱਡੀ ਦੀ ਡਿਫਰੈਂਸ ਬਿਟਵੀਨ ਸੈਕਸ ਐਂਡ ਜੈਂਡਰ, ਡਿਫਾਈਨਡ ਫੈਮਿਨਿਜ਼ਮ, name any two Marxist feminists and their basic arguments, ਇਹ ਵਾਲੇ ਜਿਹੜੇ ਕੁਸਚਨ ਹੈ ਆਪਾਂ ਇਹ ਵੀ ਡਿਸਕਸ ਜਿਹੜਾ ਆਪਾਂ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਵੱਡੇ ਸੈਂਟਰਲ ਫੋਕਸ ਆਫ ਇਹਨਾਂ ਦਾ ਮੁਕਰਾਇਆ ਸੀਗਾ, ਫਸਟ ਵੇਵ ਆਫ ਫੈਮਿਨਿਜ਼ਮ, ਇਨ ਵਟ ਵੇਜ ਦੀ ਸੈਕਿੰਡ ਵੇਵ ਆਫ ਫੈਮਿਨਿਜ਼ਮ ਵਾਜ਼ ਡਿਫਰੈਂਟ ਫਰੋਮ ਸੈਕਿੰਡ ਵੇਵ। ਠੀਕ ਹੈ, ਡਿਫਰੈਂਸ ਕਰ ਦੇਣਾ ਤੁਸੀਂ, ਮੈਂ ਤਿੰਨੋਂ ਵੇਵਸ ਬਾਰੇ ਤੁਹਾਨੂੰ ਦੱਸਿਆ ਹੈ, ਤਿੰਨੋਂ ਧਾਰਾਵਾਂ ਬਾਰੇ ਦੱਸਿਆ ਹੈ, ਤਿੰਨੋਂ ਮੂਵਮੈਂਟਸ ਬਾਰੇ ਦੱਸਿਆ ਹੈ। ਜਿਹੜੀ ਗੱਲ ਹੈ ਸੈਕਸ ਐਂਡ ਜੈਂਡਰ ਦੀ ਜਿਹੜੀ ਗੱਲ ਹੈ ਉਹ ਲਿਬਰਲ ਫੈਮਿਨਿਸਟ ਕਰਦੇ ਹਨ, ਉਹ ਮਾਰਕਸਵਾਦੀ ਜਿਹੜੇ ਹੈ ਵਿਚਾਰਕ ਨਹੀਂ ਕਰਦੇ। ਠੀਕ ਹੈ, ਜਿਹੜੇ ਮਾਰਕਸਵਾਦੀ ਵਿਚਾਰਕ ਹੈ ਉਹ ਹੁਣ ਜਿਹੜਾ ਲਿਬਰਲ ਫੈਮਿਨਿਜ਼ਮ ਹੈਗਾ ਹੈ ਉਹ ਸੈਕਸ ਦੀ ਵੀ ਗੱਲ ਕਰ ਰਿਹਾ ਹੈ, ਜੈਂਡਰ ਦੀ ਵੀ ਗੱਲ ਕਰ ਰਿਹਾ, ਜੈਂਡਰ ਮੀਨ ਮੇਲ ਅਤੇ ਫੀਮੇਲ, ਜਿਵੇਂ ਮੇਲ ਅਤੇ ਫੀਮੇਲ ਦੀ ਵੀ ਗੱਲ ਹੋ ਰਹੀ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਹੈ ਗੱਲ ਹੋ ਰਹੀ।
ठीक है। सो वो कह रहे हैं कि सेक्सुअली जो लिबरल फेमिनिस्ट है वो कहते हैं कि जी वूमेन की एक्सप्लाइटेशन हो रही है वो सेक्सुअल ग्राउंड पे हो रही है, और दूसरी गल जो है जेंडर किसी भी विचारक के जो विचार है पूछे जा सकते। फिर इस पेपर के होर भी जोड़े अपने साढ़े क्वेश्चन बनते हुए है कि वट डज ललाओ मीन बाय फ्लोटिंग सिग्निफायर, वट इज़ डीकंस्ट्रक्शन, वट इज बाल्टन स्टडीज, वट इज डिफरेंस बिटवीन कॉन्सिक्वेंसलिस्ट एंड डेंटोलॉजिकल पैसिफिज्म, वट आर द व्यूज ऑफ कांत ऑन पैसिफिज्म, ठीक है, वट वाई डू फेमिनिस्ट क्रिटिक मल्टीकल्चरलिज्म, वट इज मैंट बाय स्ट्रक्चरल एडजस्टमेंट। तो मैं तुम्हें सारे क्वेश्चन जो लिखाऊंगा बाद जो साडा सिलेबस जो है खत्म हो जाएगा उदो मैं क्वेश्चन डिस्कस कराँगा, या तुम्हें एक क्वेश्चन जो बना के PDFs जो सेंड कर दूंगा। लिस्ट एनी टू पॉइंट्स ऑफ सिमिलैरिटी बिटवीन फेमिनिज्म एंड पोस्ट कॉलोनियल। वो कहता उपनिवेशवाद जोड़ा नारीवाद है उदे विच दो जिहड़ियां सिमिलैरिटीज़ है या उदे बारे दस। और ये इस पेपर के 2018 के पेपर के एक क्वेश्चन आया हुआ है वट इज़ द डिफरेंस, नहीं डिस जो ये वाले चैप्टर जो क्वेश्चन आया आप डिस्कस करना है, डिस्कस द की कंसैप्ट डिवेलप्ड बाय फेमिनिस्ट थ्योरी इन ऑर्डर टू एक्सप्लेन द नेचर ऑफ वुमेन। की कंसैप्ट हूँ मैं दोबारा जो कोड है वो कर लिया है PDF जी शेयर की कर दिता है। हूँ ये क्वेश्चन जो वा बनता है डिस्कस दी की कंसैप्ट डिस्कस दी की कंसैप्ट developed by feminist even if they don't Punjabi that you speak in Punjabi there is a question in that ਔਰਤਾਂ ਦੇ ਅਤਿਆਚਾਰ ਦੀ ਪ੍ਰਸਥਿਤੀ ਨੂੰ ਸਮਝਣ ਲਈ ਨਾਰੀਵਾਦ ਸਿਧਾਂਤ ਦੁਆਰਾ ਵਿਕਸਿਤ ਕੀਤੀਆਂ ਗਈਆਂ ਧਾਰਾਵਾਂ ਬਾਰੇ ਚਰਚਾ। ਸੋ ਇਹਦੇ ਵਿੱਚ ਤੁਸੀਂ ਮੁੱਖ ਧਾਰਾਵਾਂ ਦੱਸਣੀਆਂ, ਠੀਕ ਹੈ ਜੀ। ਪਹਿਲੇ ਇਹਦੀ ਇੰਟਰੋਡਕਸ਼ਨ ਆਏਗੀ, ਇਹਦੀ ਭੂਮਿਕਾ ਆਏਗੀ। ਭੂਮਿਕਾ ਦੇ ਵਿੱਚ ਤੁਸੀਂ ਮੇਨਲੀ ਜਿਹੜਾ ਹੈਗਾ ਆ ਪਹਿਲੇ ਥੋੜ੍ਹਾ ਜਿਹਾ ਜਨਰਲ ਸਮਝਣੀ ਆ, 3-4 ਲਾਈਨ ਜਿਹੜੀਆਂ ਫੈਮਿਨਿਜ਼ਮ ਦੇ ਤੁਸੀਂ ਨਾਲ ਗੱਲ। ਉਸ ਤੋਂ ਬਾਅਦ ਇਹਦੀ ਇੱਕ ਡੈਫੀਨੇਸ਼ਨ ਦੇ ਡੈਫੀਨੇਸ਼ਨ ਨੂੰ ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਕੀ ਕੰਸੈਪਟ ਹੈ
ਉਹਨਾਂ ਉੱਤੇ 3 ਤੋਂ 4 ਮਿਲਣ। ਸੋ ਇਹ ਤੁਹਾਡੀ ਭੂਮਿਕਾ ਬਣ ਗਈ। ਹੁਣ ਟੀਚਰ ਸਾਹਿਬ ਕਿਹੜੇ ਆ ਜਿਹੜੇ 3 ਤਰ੍ਹਾਂ ਦੇ ਜਿਹੜਾ ਨਾਰੀਵਾਦ ਹੈ, ਉਦਾਰਵਾਦੀ ਨਾਰੀਵਾਦ ਹੈ, ਫਿਰ ਮਾਰਕਸਵਾਦੀ ਨਾਰੀਵਾਦ ਹੈ, ਅਤੇ ਇੱਕ ਰੈਡੀਕਲ ਫੈਮਿਲਿਸਟ। ਇਹ 3 ਤਰ੍ਹਾਂ ਦੇ ਜਿਹੜੇ ਆ ਵਿਗਿਆਨਿਕ ਉਹਨਾਂ ਦੇ ਬਾਰੇ ਜਿਹੜੇ ਆ ਵਿਚਾਰ ਦੇ ਆ। ਔਰ ਪਰਟੀਕੁਲਰਲੀ ਉਹਦੇ ਵਿੱਚ ਇਹਨਾਂ ਤਿੰਨਾਂ ਵਿਚਾਰਾਂ ਦੇ ਵਿੱਚ ਔਰਤ ਦੇ ਉੱਤੇ ਜਿਹੜਾ ਅਤਿਆਚਾਰ ਹੋਇਆ ਹੈ, ਠੀਕ ਹੈ, ਉਹਦੇ ਹੁਣ ਅੱਗੇ ਪੁਆਇੰਟ ਕਿੱਦਾਂ ਬਣਨਗੇ ਇਹ ਤਾਂ ਤੁਹਾਡੀ ਭੂਮਿਕਾ ਹੋ ਗਈ ਨਾ। ਇਸ ਤੋਂ ਬਾਅਦ ਆਹੀ ਹੈਡਿੰਗ ਆ ਜਾਊਗਾ ਕੀ ਕਨਸੈਪਟ ਕੀ ਕਨਸੈਪਟ ਆ ਚੁੱਕੀ ਹੈ ਫੈਮਿਲਿਸਟ। ਇਹਦੇ ਵਿੱਚ ਫਿਰ ਤੁਸੀਂ ਲਿਖਣਾ ਹੈ ਅਗਲਾ ਹੈਡਿੰਗ ਕਰੋਗਾ ਤੁਹਾਡਾ ਲਿਬਰਲ ਕਨਸੈਪਟ, ਲਿਬਰਲ ਕਨਸੈਪਟ ਆਫ ਫੈਮਿਲਿਜ਼ਮ। ਫਿਰ ਤੁਸੀਂ ਦੋ ਡੋਟ ਪਾ ਕੇ ਲਿਖ ਸਕਦੇ ਹੋ ਵਿਮੈਨ ਇਕੁਆਲਿਟੀ। ਠੀਕ ਹੈ, ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਇਹਦੇ ਵਿੱਚ ਤੁਸੀਂ ਜ਼ਿਆਦਾ ਜਿਹੜੀ ਕੰਸੈਂਟਰੇਸ਼ਨ ਹੈ ਇਸ ਕੁਐਸਚਨ ਦੇ ਵਿੱਚ ਉਹ ਤੁਸੀਂ ਕਰਨੀ ਹੈਗੀ ਹੈ ਕਿ ਜਿਹੜਾ ਲਿਬਰਲ ਕਨਸੈਪਟ ਸੀਗਾ ਉਹਦੇ ਵਿੱਚ ਔਰਤਾਂ ਉੱਤੇ ਅਤਿਆਚਾਰ ਕਿਸ ਤਰ੍ਹਾਂ ਹੁੰਦਾ ਤੇ ਉਸਨੂੰ ਜਿਹੜਾ ਹੈ ਖਤਮ ਕਰਨ ਵਾਸਤੇ ਕਿਹੜੀ ਵਿਵਸਥਾ ਜਿਹੜੀ ਹੈ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਸੁਝਾਅ ਦਿੱਤੇ ਗਏ। ਠੀਕ ਹੈ, ਇਸੇ ਤਰ੍ਹਾਂ ਸੈਕਿੰਡ ਟੌਪਿਕ ਬਣ ਜਾਏਗਾ ਮਾਰਕਸ। ਠੀਕ ਹੈ, ਮਾਰਕਸ ਕਨਸੈਪਟ ਵਾਲਾ ਜਿਹੜਾ ਹੈਗਾ ਕੁਐਸਚਨ ਬਣ ਜਾਏਗਾ। ਠੀਕ ਹੈ, ਇਸੇ ਤਰ੍ਹਾਂ ਤੀਸਰਾ ਰੈਡੀਕਲ ਵਾਲਾ ਬਣ ਜਾਊਗਾ। ਰੈਡੀਕਲ ਕਨਸੈਪਟ ਇਹਦੇ ਵਿੱਚ ਵੀ ਤੁਸੀਂ ਜ਼ਿਆਦਾ ਕੰਸੈਂਟਰੇਸ਼ਨ ਇਸ ਆਧਾਰ ਉੱਤੇ ਵਿਮੈਨ ਦਾ ਐਕਸਪਲੋਇਟੇਸ਼ਨ ਹੋਇਆ। ਠੀਕ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਕੈਪੀਟਲਿਜ਼ਮ ਸਬਆਰਡੀਨੇਸ਼ਨ ਸੀ ਵਿਮੈਨ ਦਾ, ਮਤਲਬ ਵਿਮੈਨ ਜਿਹੜਾ ਸੀ ਵਿਮੈਨ ਜਿਹੜੀ ਸੀ ਦੋ ਭਾਗਾਂ ਵਿੱਚ ਵੰਡੀ ਹੋਈ ਸੀ, ਇੱਕ ਬੂਰਜਵਾ ਕਲਾਸ ਸੀਗੀ ਵਿਮੈਨ ਦੀ, ਇੱਕ ਵਰਕਿੰਗ ਕਲਾਸ ਸੀਗੀ, ਉਹ ਸਾਰੀ ਚੀਜ਼ ਜਿਹੜੀ ਹੈ ਇਹਦੇ ਵਿੱਚ ਜਿਹੜੀ ਹੈ ਦੇ ਦੇ। ਔਰ ਉਸ ਤੋਂ ਬਾਅਦ ਇਹਦਾ ਕੰਕਲੂਜਨ ਹੈ। ਠੀਕ ਹੈ, ਇਸ ਤਰ੍ਹਾਂ ਜਦੋਂ ਤੁਹਾਨੂੰ ਡਿਫਰੈਂਟ ਫਾਰਮੈਟ 'ਚ ਕੁਐਸਚਨ ਆਉਂਦਾ ਹੈ ਬੱਚਿਓ ਧਿਆਨ ਦਿਓ ਕਿ ਉਦੋਂ ਜਿਹੜਾ ਤੁਸੀਂ ਕੁਐਸਚਨ ਹੈਗਾ ਹੈ ਉਸੇ ਤਰ੍ਹਾਂ ਹੀ ਕਰਨਾ ਹੁੰਦਾ ਹੈ ਜਿੱਦਾਂ ਕੁਐਸਚਨ ਪੁੱਛਿਆ ਗਿਆ ਹੈ, ਅਤੇ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਕੁਐਸਚਨ ਦੀ ਭੂਮਿਕਾ ਅਤੇ ਜਿਹੜੇ ਉਹਦੇ ਪੁਆਇੰਟਸ ਅਤੇ ਸਬ ਪੁਆਇੰਟਸ ਬਣਦੇ ਆ ਉਹਨੂੰ ਅਸੀਂ ਡਿਸਕਸ ਕਰਨਾ। ਸੋ ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਆ ਸਕਦਾ ਹੈ 2018 ਦੇ ਵਿੱਚ ਜਿਹੜਾ ਇਹ ਕੁਐਸਚਨ ਹੈਗਾ। ਹੁਣ ਇਹਦੇ ਵਿੱਚ ਜਿਹੜਾ ਸੰਭਵਿਤ ਜਿਹੜਾ ਹੋਰ ਜਿਹੜਾ ਇੱਕ ਵੱਡਾ ਕੁਐਸਚਨ ਜਿਹੜਾ ਆ ਸਕਦਾ ਹੈ ਤੁਹਾਨੂੰ ਉਹ ਆ ਸਕਦਾ ਹੈ ਕਿ ਜਿਹੜੀਆਂ 3 ਧਾਰਾਵਾਂ ਹੈਗੀਆਂ, ਫਸਟ ਵੇਵ ਆਫ ਫੈਮਿਲਿਜ਼ਮ ਆਈ, ਠੀਕ ਹੈ, ਫਿਰ ਸੈਕਿੰਡ ਆਈ, ਫਿਰ ਥਰਡ ਵੇਵ ਆਈ। ਇਹਦੇ ਵਿੱਚ ਕਿਹੜੇ ਕਿਹੜੇ ਪ੍ਰਮੁੱਖ ਵਿਚਾਰਕ ਸੀਗੇ ਜਾਂ ਲੀਡਰ ਸੀਗੇ ਜਿਨ੍ਹਾਂ ਨੇ ਜਿਹੜੇ ਹੋਏ, ਮਤਲਬ ਫਸਟ ਵੇਵ ਦੇ ਵਿੱਚ ਫਸਟ ਵੇਵ ਦਾ ਕਿਹੜੇ ਕਿਹੜੇ ਰਾਈਟਰ ਨੇ ਸਮਰਥਨ ਕੀਤਾ ਔਰ ਉਹਨਾਂ ਦੇ ਵਿਚਾਰ ਕੀ ਸੀਗੇ ਨਾਰੀਵਾਦ ਉੱਤੇ ਜਾਂ ਨਾਰੀਵਾਦ ਨਾਰੀ ਦੀ ਜਿਹੜੀ ਸਥਿਤੀ ਹੈ ਉਹਨੂੰ ਕਿਸ ਤਰ੍ਹਾਂ ਜਿਹੜਾ ਉੱਪਰ ਚੱਕਣ ਦੇ ਵਿੱਚ ਜਿਹੜਾ ਸੀਗਾ ਉੱਪਰ ਚੱਕਣ ਦੇ ਵਿੱਚ ਮਦਦ ਕਰਨਾ ਚਾਹੁੰਦੇ ਸੀ ਉਹ ਉਹਦੇ ਬਾਰੇ ਲਿਖਣਾ। ਸੋ ਇਹ ਕੁਛ ਤੁਹਾਨੂੰ ਜਿਹੜਾ ਹੈਗਾ ਕਿ ਪਾਣੀ ਠੀਕ ਹੈ। ਹੁਣ ਜਦੋਂ ਅਸੀਂ
रेडिकल फेमिनिज्म की गल की हूँ ये तुम सिंपल क्वेश्चन भी आ सकते तीन क्वेश्चन आ सकते जो तीन सिंपल क्वेश्चन इस टॉपिक से आ इस टॉपिक के आ सकते हैं एक तो आ सकता है कि लिबरल क्या आ सकता है क्वेश्चन क्रिटिकली डिस्कस the liberal view of feminism. Liberal view of feminism. ठीक है क्रिटिकली डिस्कस करना है तो लिबरल व्यू है क्वेश्चन तो हम पढ़ाया है सीपीओ की जी थी सैकेंड सेमेस्टर की किताब है ठीक है जी उसके बाद तुम एक क्वेश्चन नंबर आ सकता है क्रिटिकली डिस्कस दी रेडिकल व्यू ऑफ फेमिनिज्म ठीक है इधर भी तुम ये का दोनों क्वेश्चन के बीच अभी जरिए भूमिका लिखनी है ठीक है पहले जरा एडी क्वेश्चन की स्कीम के साथ हम इस क्वेश्चन की स्कीम हो दिस क्वेश्चन एडी हम स्कीम के साथ बनती है ठीक है इधर पहले तुम भूमिका होगी ठीक है भूमिका के बीच तुम फैमिली का दसना है कि जनरल ठीक है उस तो बाद लिबरल फेमिनिज्म के बारे में सुना ठीक है और उस तो बाद मीनिंग ऑफ क्लासिकल लिबरल फेमिनिज्म उसके बाद अगला जो पॉइंट आना है मीनिंग ऑफ मॉडर्न फेमिनिज्म फिर अगला पॉइंट इधर आएगा डिफरेंस बिटवीन इन सारे के बीच तुसी जड़े हैं तीन तो चार लाइनें लिखनी है पांच तो चार लाइनें ठीक है उसके बाद अगला आएगा डिफरेंस बिटवीन क्लासिकल एंड मॉडर्न लिबरल फैमिली ठीक है ये आएगा उसके बाद जिधर आएगा लास्ट ठीक है उसके बाद इन्हें जिधर ये फीचर तो लिबरल फेमिनिज्म ये लास्ट क्रिटिसिज्म ऑफ लिबरल फेमिनिज्म ठीक है और उसके बाद जिधर है इधर ठीक है समझ गए हूँ जो अगला दूसरा क्वेश्चन है दूसरे क्वेश्चन के बीच सिर्फ मीनिंग ऑफ रेडिकल फेमिनिज्म लिख के रेडिकल फेमिनिज्म का अर्थ लिख के ठीक है जी उस तो बाद उसदियां फीचर्स आ जाऊंगियां उसदियां विशेषताएं आ जाऊंगियां उसदा क्रिटिसिज्म आ जाऊंगा उसके बाद ऐसे ऐसे तरह जिधर तीसरा क्वेश्चन है मार्क्सवादी वाला मार्क्सवादी के बीच भी तुसी जिधर है पहले फेमिनिज्म वाले जनरल लिखोगे फिर मार्क्सवादी फेमिनिज्म वाले तीन चार लाइनें लिखोगे ठीक है जी फिर उसके बाद जिधर है उसके बाद उसका मीनिंग ऑफ मार्क्सिस्ट फेमिनिज्म आजूगा फिर मीनिंग के बाद जिधर आने फीचर्स आ चुकी हैं विशेषताएं आ चुकी हैं उसके बाद जिधर है तो जो उदारवादी है उदारवादी दो करके उदारवादी वाले क्वेश्चन के बीच दो तीन पॉइंट ज्यादा बने तो
ਮੁੱਖ ਕੁਐਸਚਨ ਜਿਹੜੇ ਹੈਗੇ ਆ ਤੁਹਾਨੂੰ ਇਸ ਟੌਪਿਕ ਦੇ ਵਿੱਚ ਆਪ ਹੁਣ ਜਿਹੜੇ ਇਹਦੇ ਵਿੱਚ ਛੋਟੇ ਕੁਐਸਚਨ ਤੁਹਾਨੂੰ ਆ ਸਕਦੇ ਆ ਉਹ ਹੈਗੇ ਆ ਇੱਕ ਮਿੰਟ ਉਹ ਹੈਗੇ ਆ ਜਿੱਦਾਂ ਅਗਰ ਅਸੀਂ ਉਦਾਰਵਾਦੀ ਇਸਤੀਵਾਦ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੰਜ਼ਰਵੇਟਿਵ ਲਿਬਰਲ ਕੰਜ਼ਰਵੇਟਿਵ ਮਤਲਬ ਰੂੜੀਵਾਦੀ ਉਦਾਰਵਾਦੀ ਦਾ ਕੀ ਮਤਲਬ ਇਹ ਛੋਟਾ ਕੁਸ਼ਚਨ ਬਣ ਸਕਦਾ ਫਿਰ ਵੱਖ ਵੱਖ ਵਿਚਾਰਕ ਜਿਹੜੇ ਹੈ ਉਹਨਾਂ ਨੇ ਉਦਾਰਵਾਦੀ ਜਿਹੜਾ ਨਾਰੀਵਾਦ ਹੈ ਇਸਤੀਵਾਦ ਉਹਦੇ ਉੱਤੇ ਆਪਣੇ ਕਿਹੜੇ 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 ਵਿਚਾਰ ਪਹਿਲਾ ਮੈਂ ਕੁਸ਼ਚਨ ਆ ਸਕਦਾ ਹੈ ਕਿ ਵਿਆਹ ਮਦਰਹੁੱਡ ਅਤੇ ਕੈਰੀਅਰ ਕੀ ਹੁੰਦਾ ਇਹਦਾ ਆਪਸ ਵਿੱਚ ਕੀ ਸੰਬੰਧ ਹੈ ਫਿਰ ਕਰੰਟੀ ਫਿਰ ਇਹਦਾ ਕਰੰਟੀ ਸੰਬੰਧ ਠੀਕ ਹੈ ਹੁਣ ਜੇ ਅਸੀਂ ਮਾਰਕਸਵਾਦੀ ਉਦਾਰਵਾਦ ਦੀ ਗੱਲ ਸੋਰੀ ਮਾਰਕਸਵਾਦੀ ਨਾਰੀਵਾਦ ਦੀ ਗੱਲ ਕਰੀਏ ਜਾਂ ਇਸਤਰੀਵਾਦ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮਾਰਕਸ ਦੇ ਵਿਚਾਰ ਸੀਗੇ ਨਾਰੀ ਉੱਤੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮਾਰਕਸ ਨੇ ਨਾਰੀ ਉੱਤੇ ਜਾਂ ਨਾਰੀ ਉਦਾਰੀਕਰਨ ਉੱਤੇ ਜਾਂ ਨਾਰੀ ਦੀ ਸਥਿਤੀ ਸੁਧਾਰਨ ਉੱਤੇ ਜਾਂ ਨਾਰੀ ਬਾਰੇ ਕੋਈ ਵਿਚਾਰ ਉੱਤੇ ਸਾਰੇ ਵਿਚਾਰ ਜਿਹੜੇ ਹੈ ਜਿਹੜਾ ਇੱਕ ਹੋਰ ਮਾਰਕਸਵਾਦੀ ਵਿਚਾਰਕ ਹੈ ਐਂਜਲਸ ਨੇ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਪ੍ਰੋਡਕਸ਼ਨ ਅਤੇ ਰੀਪ੍ਰੋਡਕਸ਼ਨ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ ਉਤਪਾਦਨ ਅਤੇ ਜਿਹੜੀ ਰੀਪ੍ਰੋਡਕਸ਼ਨ ਹੈ ਉਹਦਾ ਆਪਸ ਵਿੱਚ ਕੀ ਸੰਬੰਧ ਹੈ ਫਿਰ ਫੈਮਿਲੀ ਅਤੇ ਮਦਰ ਰਾਈਟ ਕੀ ਹੁੰਦਾ ਹੈ ਉਹਦਾ ਆਪਸ ਵਿੱਚ ਕੀ ਸੰਬੰਧ ਹੈ ਫਿਰ ਮੋਨੋਗੈਮੀ ਕੀ ਹੁੰਦੀ ਹੈ ਇਹਦਾ ਮੋਨੋਗੈਮੀ ਪੋਲੀਗੈਮੀ ਇਹਦੇ ਉੱਤੇ ਕੀ ਸੰਬੰਧ ਹੈ ਸੋ ਸੈਕਸੁਅਲ ਡਿਵੀਜ਼ਨ ਆਫ ਲੇਬਰ ਮਤਲਬ ਕਿ ਸੈਕਸ ਜਾਂ ਜੈਂਡਰ ਦੇ ਆਧਾਰ 'ਤੇ ਜਿਹੜੀ ਜਿਹੜੀ ਲੇਬਰ ਦੀ ਡਿਵੀਜ਼ਨ ਹੋਈ ਉਹਦਾ ਉਹਦੇ ਉੱਤੇ ਵੀ ਕੁਐਸਚਨ ਤੁਹਾਨੂੰ ਜਿਹੜਾ ਹੈ ਪੁੱਛਿਆ ਜਾ ਸਕਦਾ ਫਿਰ ਫਿਰ ਜਿਹੜਾ ਹੈਗਾ ਇਸੇ ਤਰ੍ਹਾਂ ਅਗਰ ਰੈਡੀਕਲ ਫੈਮਿਨਿਜ਼ਮ ਦੀ ਅਸੀਂ ਗੱਲ ਕਰੀਏ ਤਾਂ ਰੈਡੀਕਲ ਫੈਮਿਨਿਜ਼ਮ ਦੇ ਵਿੱਚੋਂ ਜਿਹੜੇ ਹੈ ਛੋਟੇ ਕੁਐਸਚਨ ਜਿਹੜੇ ਹੈ ਬਣ ਗਏ ਹੁਣ ਆਪਾਂ ਇਹਦੇ ਵਿੱਚ ਇੱਕ ਕੁਐਸਚਨ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਮਾਰਕਸਵਾਦੀ ਇਸਤਰੀਵਾਦ ਅਤੇ ਸਮਾਜਵਾਦੀ ਇਸਤਰੀਵਾਦ ਦੇ ਵਿੱਚ ਠੀਕ ਹੈ ਇਹ ਦੋਨੋਂ ਜਿਹੜੀਆਂ ਅਲੱਗ ਚੀਜ਼ਾਂ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਮਾਰਕਸਵਾਦ ਜਿਹੜਾ ਹੈ ਸਿਧਾਂਤ ਪੜ੍ਹਿਆ ਠੀਕ ਹੈ ਮਾਰਕਸ ਦਾ ਜਿਹੜਾ ਸਿਧਾਂਤ ਹੈ ਤੁਸੀਂ ਪੜ੍ਹਿਆ ਹੁਣ ਮਾਰਕਸ ਕੀ ਕਹਿੰਦਾ ਮਾਰਕਸ ਬੇਸਿਕਲੀ ਕਹਿੰਦਾ ਹੈ ਟੂ ਕਲਾਸਿਸ ਦੀ ਗੱਲ ਕਰਦਾ ਜੀ ਦੋ ਕਲਾਸਾਂ ਦੀ ਜਿਹੜੀ ਹੈ ਉਹ ਗੱਲ ਕਰ ਰਹੇ ਠੀਕ ਹੈ ਜੀ ਕਿਹੜੀ ਕਿਹੜੀ ਕੈਪੀਟਲਿਸਟ ਕਲਾਸ ਤੇ ਦੂਜੀ ਕਿਹੜੀ ਹੈਗੀ ਹੈ ਦੂਜੀ ਨੂੰ ਕਹਿ ਰਿਹਾ ਹੈ ਵਰਕਿੰਗ ਕਲਾਸ ਦੂਜੀ ਹੈ ਇਹਨਾਂ ਦੋਨਾਂ 'ਚ ਕੀ ਹੁੰਦਾ ਹੈ ਐਕਸਪਲੋਇਟੇਸ਼ਨ ਹੁੰਦੀ ਇਹ ਕੌਣ ਐਕਸਪਲੋਇਟੇਸ਼ਨ ਕਰ ਰਿਹਾ ਹੈ ਪੂੰਜੀ ਪੂੰਜੀ ਐਕਸਪਲੋਇਟੇਸ਼ਨ ਹਾਊ ਡਸ ਦਿਸ ਸਿਸਟਮ ਐਂਡ ਬਾਈ ਰੈਵੋਲਿਊਸ਼ਨ ਦੇ ਦੁਆਰਾ ਖਤਮ ਹੋ ਗਈ ਇਹ ਵਿਵਸਥਾ ਰੈਵੋਲਿਊਸ਼ਨ ਤੋਂ ਬਾਅਦ ਕੀ ਹੋ ਗਿਆ ਡਿਕਟੇਟਰਸ਼ਿਪ ਆਫ ਦੀ ਵਰਕਿੰਗ ਕਲਾਸ ਡਿਕਟੇਟਰਸ਼ਿਪ ਆਫ ਵਰਕਿੰਗ ਕਲਾਸ ਠੀਕ ਹੈ ਜੀ ਡਿਕਟੇਟਰਸ਼ਿਪ ਹੋਏਗੀ ਕਾਹਦੀ ਵਰਕਿੰਗ ਕਲਾਸ ਦੀ ਔਰ ਉਸ ਤੋਂ ਬਾਅਦ ਕਲਾਸਲੈਸ ਐਂਡ ਸਟੇਟਲੈਸ
ਠੀਕ ਹੈ ਜੀ, ਕਲਾਸਲੈਸ ਅਤੇ ਸਟੇਟਲੈਸ ਸੁਸਾਇਟੀ ਦਾ ਜਿਹੜਾ ਹੈ ਨਿਰਮਾਣ। ਸੋ ਆਹ ਵਾਲੀ ਜਿਹੜੀ ਸਟੇਟ ਹੈਗੀ ਆ, ਇੱਥੇ ਤੱਕ ਜਿਹੜੀ ਸਟੇਟ ਹੈ ਇਹਨੂੰ ਆਪਾਂ ਮਾਰਕਸਟ ਫੈਮਿਲੀ ਕਹਾਂਗੇ, ਕਿਉਂਕਿ ਇਸ ਸਟੇਟ ਦੇ ਵਿੱਚ ਕੀ ਸੀਗਾ, ਇਸ ਸਟੇਟ ਦੇ ਵਿੱਚ ਔਰਤਾਂ ਦੇ ਵਿੱਚ ਵੀ ਦੋ ਕਲਾਸਿਸ ਸੀਗੀਆਂ, ਪੂੰਜੀਪਤੀ ਔਰਤਾਂ ਸੀਗੀਆਂ ਜਾਂ ਬੂਜਵਾ ਔਰਤਾਂ ਸੀਗੀਆਂ, ਦੂਜੀਆਂ ਔਰਤਾਂ ਸੀਗੀਆਂ ਜਿਹੜੀਆਂ ਕਿ ਫੈਕਟਰੀਆਂ ਦੇ ਵਿੱਚ ਕੰਮ ਕਰਦੀਆਂ ਸੀ ਜਾਂ ਵਰਕਿੰਗ ਕਲਾਸ ਸੀ, ਉਹਨਾਂ ਦਾ ਵੀ ਸ਼ੋਸ਼ਣ ਜਿਹੜਾ ਹੈ ਹੋਇਆ। ਔਰ ਇਹ ਵਿਵਸਥਾ ਜਿਹੜੀ ਹੈ, ਅਗਰ ਵਿਮਨ ਦੀ ਸਥਿਤੀ ਸੁਧਰਦੀ ਹੈ, ਵਿਮਨ ਦੀ ਜਿਹੜੀ ਸਥਿਤੀ ਹੈ ਉਹ ਸਮਾਜਵਾਦੀ ਵਿਵਸਥਾ ਦੇ ਵਿੱਚ ਜਿਹੜਾ ਹੈ। ਸੋ ਜਿਹੜਾ ਪਹਿਲੇ ਵਾਲਾ ਸਟੇਜ ਹੈ ਉਹਨੂੰ ਅਸੀਂ ਮਾਰਕਸਿਸਟ ਫੈਮਿਨਿਜ਼ਮ ਕਹਿੰਦੇ ਹਾਂ, ਮਾਰਕਸਵਾਦੀ। ਔਰ ਜਿਹੜਾ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਹੈ ਛੋਟੇ ਕੁਐਸਚਨ ਬਣ ਸਕਦੇ ਆ, ਮਾਰਕਸਵਾਦ ਵਾਲਾ ਜਿਹੜਾ ਫੈਮਿਨਿਜ਼ਮ ਹੈ ਹਿਸਟੋਰੀਕਲ ਮਟੀਰੀਅਲਿਜ਼ਮ ਕੀ ਹੁੰਦਾ, ਫਿਰ ਮਾਰਕਸ ਦੇ ਔਰਤ ਉੱਤੇ ਕੀ ਵਿਚਾਰ ਹੈ, ਫਿਰ ਪ੍ਰੋਡਕਸ਼ਨ ਅਤੇ ਰੀਪ੍ਰੋਡਕਸ਼ਨ ਦਾ ਆਪਸ ਵਿੱਚ ਕੀ ਸੰਬੰਧ ਹੈ, ਫਿਰ ਫੈਮਿਲੀ ਅਤੇ ਮਦਰ ਰਾਈਟ ਕੀ ਹੈ, ਫਿਰ ਮੋਨੋਗੈਮੀ ਪੋਲੀਗੈਮੀ ਕੀ ਹੈ, ਫਿਰ ਸੈਕਸੁਅਲ ਡਿਵੀਜ਼ਨ ਆਫ ਲੇਬਰ ਕੀ ਹੈ, ਫਿਰ ਉਸ ਤੋਂ ਬਾਅਦ ਐਪਲੀਕੇਸ਼ਨ ਆਫ ਮਾਰਕਸੀਅਨ ਲਿਬਰੇਟਿੰਗ ਸਟ੍ਰੈਟੇਜੀਜ਼ ਕੀ ਹੈ, ਫਿਰ ਉਸ ਤੋਂ ਬਾਅਦ ਕ੍ਰਿਟੀਕ ਆਫ ਮਾਰਕਸ ਫੈਮਿਨਿਜ਼ਮ ਕੀ ਹੈ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਜਿਹੜਾ ਸੋਸ਼ਲਿਸਟ ਫੈਮਿਨਿਜ਼ਮ ਹੈ ਉਹਦੇ ਵਿੱਚ ਤੁਹਾਨੂੰ ਇਹ ਜਿਹੜੇ ਟੌਪਿਕਸ ਹੈ ਉਹਦੇ ਉੱਤੇ ਕੁਐਸਚਨ ਮਿਲੇ ਹੈ ਪੁੱਛਦਾ, ਹਿਸਟੋਰੀਕਲ ਕਨਸੈਪਸ਼ਨ ਆਫ ਬਾਇਓਲੋਜੀ ਕੀ ਹੈ, ਹਿਸਟੋਰੀਕਲ ਐਨਾਲਿਸਿਸ ਆਫ ਜੈਂਡਰ ਡਿਵੀਜ਼ਨ ਆਫ ਲੇਬਰ ਕੀ ਹੈ, ਵੁਮੈਨ ਐਜ਼ ਸੈਕਸੁਅਲ ਆਬਜੈਕਟਸ, ਵੁਮੈਨ ਨੂੰ ਸੈਕਸੁਅਲ ਆਬਜੈਕਟ ਦੀ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਹੈਗਾ ਯੂਜ ਕੀਤਾ ਜਾਂਦਾ ਹੈ ਉਹਦੇ ਵਿੱਚ ਕੁਐਸਚਨ ਆ ਸਕਦਾ ਹੈ। ਫਿਰ ਏਲੀਨੇਸ਼ਨ ਕੀ ਹੈ, ਫਿਰ ਲਿਬਰੇਸ਼ਨ ਆਫ ਵੁਮੈਨ ਜਿਹੜੀ ਹੈ, ਜਦੋਂ ਅਸੀਂ ਵੁਮੈਨ ਦੀ ਲਿਬਰੇਸ਼ਨ ਦੀ ਗੱਲ ਕਰਨੀ ਹੈ, ਔਰਤ ਦੀ ਸੁਤੰਤਰਤਾ ਦੀ ਗੱਲ ਕਰਨੀ ਹੈ, ਜਦੋਂ ਇਕੁਅਲ ਰਾਈਟਸ ਦੀ ਗੱਲ ਕਰਨੀ ਹੈ, ਜਦੋਂ ਪ੍ਰੋਡਕਸ਼ਨ ਅਤੇ ਪ੍ਰੋਡਕਸ਼ਨ ਦੇ ਵਿੱਚ ਅਤੇ ਰੀਪ੍ਰੋਡਕਸ਼ਨ ਦੇ ਵਿੱਚ ਵੀ ਇਕੁਅਲ ਰਾਈਟਸ ਦੀ ਗੱਲ ਕਰਨੀ ਹੈ, ਉਹ ਅਸੀਂ ਸਮਾਜਵਾਦੀ ਜਿਹੜਾ ਹੈਗਾ ਹੈ ਨਾਰੀਵਾਦ ਜਾਂ ਇਸਤਰੀਵਾਦ ਉਹਦੇ ਵਿੱਚ ਕਰਾਂਗੇ। ਸੋ ਇਹਦੇ ਵਿੱਚ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈਗਾ ਇਹਨਾਂ ਸੋਚਾਂ ਦੇ ਵਿੱਚ, ਜਿਹੜਾ ਮੈਂ ਪੁਆਇੰਟ ਤੁਹਾਨੂੰ ਦੱਸਣਾ ਭੁੱਲ ਗਿਆ, ਕਿ ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਵਿਚਾਰਕ ਹੈਗੇ ਆ ਉਹਨਾਂ ਦੇ ਵਿਚਾਰ ਵੀ ਪੈਰਾਗ੍ਰਾਫ ਦੇ ਵਿੱਚ ਦੇਣੇ ਆ ਤਿੰਨਾਂ ਪ੍ਰਸ਼ਨਾਂ। ਠੀਕ ਹੈ, ਸੋ ਅੱਜ ਦਾ ਮੈਂ ਲੈਕਚਰ ਇੱਥੇ ਹੀ ਜਿਹੜਾ ਹੈ ਸਮਾਪਤ ਕਰਦਾ ਹੈ ਜਾਂ ਵਿਰਾਮ ਦਿੰਦਾ ਹੈ। ਹੁਣ ਕੱਲ੍ਹ ਦੇ ਲੈਕਚਰ ਦੇ ਵਿੱਚ ਜਿਹੜਾ ਹੈਗਾ ਅਸੀਂ ਇੱਕ ਨਵਾਂ ਟੌਪਿਕ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਯੂਨਿਟ ਮੈਂ ਤੁਹਾਨੂੰ ਕੱਲ੍ਹ ਦੱਸ ਦਾਂਗਾ ਕਿ ਕਿਹੜਾ ਯੂਨਿਟ ਪਹਿਲਾ ਯੂਨਿਟ ਸ਼ੁਰੂ ਕਰਨਾ ਹੈ ਜਾਂ ਕਰਨਾ। ਸੋ ਇਸਦੇ ਨਾਲ ਤੁਹਾਡਾ ਜਿਹੜਾ ਸੈਕਿੰਡ ਯੂਨਿਟ ਹੈ ਉਹ ਖਤਮ ਹੁੰਦਾ ਹੈ, ਤੇ ਇਹ ਅੱਜ ਲਾਸਟ ਲੈਕਚਰ ਸੀਗਾ ਇਸ ਉੱਤੇ। ਤੇ ਅਗਲੇ ਹਫ਼ਤੇ ਤੋਂ ਜਿਹੜਾ ਹੈਗਾ ਤੁਹਾਡੇ ਜਿਹੜੇ ਕਾਮਨ ਸੈਸ਼ਨ ਜਿਹੜੇ ਆ ਉਹ ਚੱਲਣਗੇ। ਸੋ ਜਿਹੜੇ ਪ੍ਰੋਬਲਮ ਸੈਸ਼ਨ ਹੈ ਉਹਦੇ ਵਿੱਚ ਮੈਂ ਜ਼ੂਮ ਉੱਤੇ ਤੁਹਾਡੇ ਜਿਹੜੇ ਆ ਲਾਈਵ ਕਲਾਸਿਸ ਹੋਈਆਂ ਜਿਹੜੀਆਂ ਹੁੰਦਾ ਉਹ ਲਊਂਗਾ। ਠੀਕ ਹੈ, ਇਸਦੇ ਨਾਲ ਵੀ ਮੈਂ ਆਪਣਾ ਲੈਕਚਰ ਨੂੰ ਵਿਰਾਮ ਦਿੰਦਾ ਔਰ ਮੈਂ ਆਪਣਾ ਲੈਕਚਰ ਜਿਹੜਾ ਹੈ।